ਸਵਾਗਤ ਹੈ ਜੀ ਤੁਹਾਡਾ ਸਾਡਾ ਅកਸਾਨ ਚੈਨਲ ਤੇ ਤਾਂ ਦੋਸਤੋ ਜਿਵੇਂ ਤੁਸੀਂ ਟਾਈਟਲ ਦੇ ਵਿੱਚ ਦੇਖਿਆ ਕਿ ਇਸ ਕਣਕ ਨੇ ਦਿੱਤਾ 35 ਕੁਇੰਟਲ ਝਾੜ ਤਾਂ ਤੁਹਾਨੂੰ ਮੈਂ ਇਸ ਕਣਕ ਦੇ ਦਰਸ਼ਨ ਕਰਾਉਣ ਜਾ ਰਿਹਾ ਕਿ ਇਸ ਨੇ ਵਾਕਈ 35 ਕੁਇੰਟਲ ਝਾੜ ਦਿੱਤਾ ਇਸ ਲਈ ਦੋਸਤੋ ਜੋ ਕਿਸਾਨ ਵੀਰ ਇਹ ਵੀਡੀਓ ਦੇਖ ਰਹੇ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਏਜ ਉੱਪਰ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਜਿਨ੍ਹਾਂ ਨੇ ਵੀ DBW 303 ਕਣਕ ਦੀ ਬਿਜਾਈ ਕੀਤੀ ਹੈ ਨਾ ਪਹਿਲੀ ਗੱਲ ਤਾਂ ਉਹਨਾਂ ਨੂੰ ਅਸਲੀ ਬੀਜ ਨਹੀਂ ਮਿਲੇ ਆ ਜੇਕਰ ਕਿਸ ਨੂੰ ਮਿਲਿਆ ਵੀ ਹੈ ਤਾਂ ਬਹੁਤ ਹੀ ਜਰਦੇ ਥੋੜੀ ਮਾਤਰਾ ਦੇ ਵਿੱਚ ਮਿਲਿਆਗਾ ਤੇ ਉਹ ਮਿਲਿਆ ਵੀ ਬਹੁਤ ਜਿਆਦਾ ਪਛੇਤਾ ਜਿਸ ਕਰਕੇ ਇਸ ਵੈਰਾਈਟੀ ਦਾ ਝਾੜ ਬਹੁਤ ਜਿਆਦਾ ਵਧੀਆ ਆਇਆ ਹੀ ਨਹੀਂ ਬਸ 17 18 ਕੁਇੰਟਲ ਤੇ ਰਹਿ ਗਈ ਹੈ ਇਸੇ ਕਰਕੇ ਤਾਂ ਮੈਂ ਇਸ ਨੂੰ ਟੌਪ ਦੇ ਵਿੱਚ ਨਹੀਂ ਲਿਆਂਦਾ ਨਹੀਂ ਤਾਂ ਜੋ ਮੈਂ ਪਿਛਲੀ ਵਾਰ ਵੀਡੀਓ ਪਾਈ ਸੀ ਨਾ ਵੀ 187 ਦੇ 255 ਨੇ ਵਧੀਆ ਝਾੜ ਦਿੱਤਾਗਾ ਇਥੋਂ ਤੱਕ ਯਾਰ ਇਸ ਵਾਰ ਮੈਂ ਕਈ ਫੀਲਡ ਦੇ ਵਿੱਚ ਵੀ ਦੇਖਿਆਗਾ ਕਿ ਡੀਬੀਡਬਲਯੂ 187 ਦਾ ਵੀ ਸਹੀ ਬੀਜ ਨਹੀਂ ਮਿਲਿਆ ਕਿਸਾਨਾਂ ਨੂੰ ਬਹੁਤ ਜ਼ਿਆਦਾ ਨਕਲੀ ਬੀਜ ਮਿਲਿਆਗਾ ਇਸ ਲਈ ਦੋਸਤੋ ਇੰਨਾਂ ਤੋਂ ਬਚੋ ਜਿਨ੍ਹਾਂ ਨੇ ਵੀ ਬੀਜ ਵੇਚਣਾਣਾ ਉਹਨਾਂ ਨੇ ਤਾਂ ਡੀਬੀਡਬਲਯੂ 187 ਦਾ ਵੀ ਝਾੜ 35 ਕੁੰਟਲ ਕਹਿਤਾ ਤੁਸੀਂ ਆਡੀਓ ਸੁਣੀ ਹੋਗੀ WhatsApp ਤੇ ਕਾਫੀ ਜ਼ਿਆਦਾ ਵਾਇਰਲ ਹੋਈ ਆ ਤੇ ਜਿਨ੍ਹਾਂ ਕੋਲ ਡੀਬੀਡਬਲਯੂ 303 ਨਾ ਪਰ ਉਹਨਾਂ ਨੇ ਤਾਂ ਝਾੜ ਨਹੀਂ ਆ ਉਹਨਾਂ ਨੇ 35 ਕੁੰਟਲ ਤੋਂ ਪਲੱਸ ਕਹਿਤਾ ਇਸ ਲਈ ਦੋਸਤੋ ਇਹ ਝੜਦੀ ਇੰਨੀ ਕਣਕੋਨਾਂ ਦੀ ਆ ਜਿਨ੍ਹਾਂ ਨੇ ਬੀਜ ਵੇਚਣਾ ਬਾਕੀ ਰਹੀ ਗੱਲ ਮੈਂ ਪਿਛਲੇ ਸਾਲ ਵੀ ਬਹੁਤ ਰੌਲਾ ਪਾਇਆ ਸੀ ਅੱਜ ਸਾਲ ਵੀ ਬਹੁਤ ਰੌਲਾ ਪਾ ਰਹੇ ਆ ਅਤੇ ਅੱਗੇ ਜਾ ਕੇ ਵੀ ਪਾਉਂਦਾ ਰਹੂੰਗਾ ਕਿ ਡੀਬੀਡਬਲਯੂ 303 ਕਣਕ ਦੇ ਵਿੱਚੇ ਨਾ ਭੱਜੂ ਆਪਣੇ ਕੋਲ ਜਿਹੜੀਆਂ ਪੁਰਾਣੀਆਂ ਵੈਰੈਟੀਆਂ ਵਧੀਆ ਝੜ ਦੇ ਰਹੀਆਂ ਪਰੰਤੂ ਆਪਾਂ ਇਸ ਉੱਪਰ ਨਹੀਂ ਚੱਲਣਾ ਬਾਕੀ ਤੁਹਾਡੇ ਹੱਥਾਂ ਦੇ ਵਿੱਚ ਅਸਲੀ ਬੀਜ ਇਸਦਾ ਨਹੀਂ ਲੱਗੂਗਾ ਤੁਸੀਂ ਪੱਕਾ ਠੱਗੇ ਜਾਉਂਗੇ ਹਾਂ ਦੋਸਤੋ ਇਸ ਵਾਰ ਤਾਂ DBW 187 ਕਹਿ ਕੇ ਪਤਾ ਨਹੀਂ ਕਿਹੜੀ ਵੈਰਾਈਟੀ ਦੇ ਦਿੱਤੀ ਉਸ ਵਿੱਚ ਹੀ ਠੱਗੇ ਗਏ ਇੱਥੋਂ ਤੱਕ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ DBW 187 ਦਾ ਬੀਜ ਬਹੁਤੇ ਕਿਸਾਨ ਵੀਰਾਂ ਨੂੰ ਸਹੀ ਨਹੀਂ ਮਿਲਣਾ ਇਸ ਲਈ ਦੋਸਤੋ DBW 303 ਤਾਂ ਬਹੁਤ ਅੱਗੇ ਦੀਆਂ ਗੱਲਾਂ ਆ ਗਈਆਂ ਵੈਸੇ ਤੁਸੀਂ ਆਪ ਸਿਆਣੇ ਹੋ ਇਸ ਵਾਰ 10 ਤੋਂ ਲੈ ਕੇ 15 ਮਣ ਪ੍ਰਤੀ ਏਕੜ ਝਾੜ ਘਾਟਾ ਗਣਕਾ ਦੇ ਤੇ ਕਿਸੇ ਵੀ ਵੈਰਾਈਟੀ ਨੇ ਬਹੁਤਾ ਜ਼ਿਆਦਾ ਚੰਗਾ ਝਾੜ ਨਹੀਂ ਦਿੱਤਾ ਪਰੰਤੂ ਦੋਸਤੋ ਫੇਰ ਵੀ ਤੁਸੀਂ ਠੱਗੇ ਜਾਉਂਗੇ ਕਿਉਂਕਿ ਇਹਨਾਂ ਨੇ ਬੀਜ ਵੀ ਕਾਫੀ ਮਹਿੰਗੇ ਭਾਅ 'ਤੇ ਨਾਲ ਜੇਕਰ ਆਪਾਂ ਨਾ ਸੰਭਲੇ ਤਾਂ ਆਉਂਦੇ ਸੀਜ਼ਨ ਦੇ ਵਿੱਚ ਬਹੁਤ ਹੀ ਅਦੇ ਵੱਡੇ ਪੱਧਰ ਤੇ ਠੱਗੀ ਵੱਜਣ ਵਾਲੀ ਹੈ ਆਪਣੇ ਨਾਲ ਬੈਸੇ ਦਾ ਤੁਸੀਂ ਇਸ ਵਾਰੀ ਦੇਖ ਲਓ ਝੋਨੀ ਦੇ ਸੀਜ਼ਨ ਦੇ ਵਿੱਚ 45 ਕੁਇੰਟਲ ਤੱਕ ਝਾੜ ਦੇਣ ਵਾਲੇ ਬੀਜ ਮਿਲ ਜਾਣਗੇ ਉਹ ਕਿਉਂ ਮਿਲ ਜਾਣਗੇ ਕਿਉਂਕਿ ਉਹਨਾਂ ਨੇ ਤਾਂ ਬੀਜ ਵੇਚਣਾ ਜੇਕਰ ਤੁਹਾਨੂੰ 40 45 ਕੁਇੰਟਲ ਕਹਿਣਗੇ ਫਿਰ ਤੁਸੀਂ ਉਹਦਾ ਬੀਜ ਲਾਉਂਗੇ ਉਹਨਾਂ ਵੱਲੋਂ ਤੁਹਾਡੇ ਖੇਤਾਂ ਜਿਹਾ ਕੇਰ ਭਾਉ ਦੀ 10 ਕੁਇੰਟਲ ਨਿਕਲੇ ਉਹਨਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਜੋ ਚਾਹੀਦਾ ਸੀ ਉਹ ਉਹਨਾਂ ਨੂੰ ਮਿਲ ਗਿਆ ਤੇ ਅਗਲੀ ਵਾਰੀ ਹੋਰ ਕੀ ਵੈਰਾਈਟੀ ਤੇ ਟ੍ਰਾਇਲ ਕਰਨਗੇ ਫੇਰ ਕਹਿਣਗੇ ਯਾਰ ਆਹ ਵੈਰਾਈਟੀ ਲਗਾਓ ਉਹ ਤਾਂ ਮੌਸਮ ਦੀ ਮਾਰ ਹਟ ਆ ਗਈ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਧੰਨਵਾਦ ਦੋਸਤੋ